ਹਾਂ ਸਾਹਿਬ ਜਿਹੜੇ ਨਾ ਉਹ ਪਹਿਲਾਂ ਕਹਿ ਰਹੇ ਹਾਂ ਜੀ ਮੇਰੇ ਖਿਲਾਫ ਹਰਕਾ ਨੇ ਸਾਜ਼ਿਸ਼ ਕੀਤੀ, ਫਿਰ ਉਹਨਾਂ ਨੂੰ ਯਾਦ ਆਇਆ ਇਲੈਕਸ਼ਨ ਕਮਿਸ਼ਨ ਨੇ ਸਾਜ਼ਿਸ਼ ਕੀਤੀ, ਲੈਬ ਨੇ ਸਾਜ਼ਿਸ਼ ਕੀਤੀ, ਹੁਣ ਉਹਨਾਂ ਬਾਜਵਾ ਨੇ ਕੀਤੀ, ਐਸਟੈਬਲਿਸ਼ਮੈਂਟ ਨੇ ਕੀਤੀ, ਸ਼ਬਾਸ਼ਰੀ ਨੇ ਕੀਤੀ, ਹੁਣ ਉਹਨਾਂ ਨੂੰ ਯਾਦ ਆ ਗਿਆ ਮੋਹਸਨ ਨਕਵੀ ਨੇ ਕੀਤੀ, ਉਹਨਾਂ ਨੇ ਕੱਲ ਨੂੰ ਇਹ ਵੀ ਕਹਿਣਾ ਮਤਲਬ ਮਲਭੱਟ ਨੇ ਕੀਤੀ ਹੈ, ਕੈਮਰਾਮੈਨ ਨੇ ਕੀਤੀ ਹੈ, ਗਲੀ ਦੇ ਲੰਘਦੇ ਬੰਦੇ ਨੂੰ ਰੋਕ ਰੋਕ ਕਿਉਂ ਨਹੀਂ ਕਹਿਣਾ ਓਏ ਤੂੰ ਤੇ ਸਾਜ਼ਿਸ਼ ਨਹੀਂ ਕੀਤੀ, ਉਹਨਾਂ ਨੂੰ ਵਜ਼ੀਰੇ ਆਲਾ ਅੱਛਾ ਨਹੀਂ ਮਿਲਿਆ, ਨਹੀਂ ਨਹੀਂ ਖਾਨ ਸਾਹਿਬ ਨੂੰ ਇਹ ਅੱਛਾ ਮਿਲਿਆ ਜੀ, ਮੈਂ ਇਹ ਗੱਲ ਮੰਨਦਾ ਵਾਂ, ਖਾਨ ਸਾਹਿਬ ਦੱਸਦੇ ਹੋ ਤੇ ਬਹੁਤ ਅਛੇ ਇਨਸਾਨ ਸਨ ਜਨਾਬ, ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਕੌਮੀ ਅੱਛੀ ਨਹੀਂ ਮਿਲੀ, ਉਹਨਾਂ ਨੂੰ ਐਮਐਨਏ ਅੱਛੇ ਨਹੀਂ ਮਿਲੇ, ਉਹਨਾਂ ਨੂੰ ਐਮਪੀ ਅੱਛੇ ਨਹੀਂ ਮਿਲੇ, ਉਹਨਾਂ ਨੂੰ ਸਟੈਬਲਿਸ਼ਮੈਂਟ ਅੱਛੀ ਨਹੀਂ ਮਿਲੀ, ਉਹਨਾਂ ਨੂੰ ਅਦਲੀਆ ਅੱਛੀ ਨਹੀਂ ਮਿਲੀ, ਉਹਨਾਂ ਨੂੰ ਅਦਾਰੇ ਅੱਛੇ ਨਹੀਂ ਮਿਲੇ, ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਅੱਛਾ ਨਹੀਂ ਮਿਲਿਆ, ਸਭ ਤੋਂ ਜਨਾਬ ਬਾਫਰਿਸ਼ ਤਾਸੀਫਦੀਨ ਇਨਸਾਨ ਸਨ, ਸਾਡੇ ਵਲੀ ਆਦਮੀ ਸਨ, ਉਹਨਾਂ ਨੂੰ ਕੋਈ ਸ਼ੈ ਨਹੀਂ ਅੱਛੀ ਮਿਲੀ, ਪਰ ਮੁਲਕ ਨੂੰ ਤਾਂ ਡਿਫਾਲਟ ਕਰਦੇ ਲੱਗੇ ਸਨ ਇਹ, ਇਹਨਾਂ ਨੇ ਆਗੇ ਸੰਭਾਲੇ ਆਪਣੇ ਪੈਰ ਸਾੜ ਲਏ, ਗੰਦੇ ਹੁੰਦੇ ਨੇ, ਸਿਰਫ ਮੁਲਕ ਡਿਫਾਲਟ ਨਹੀਂ ਹੋਣ ਦਿੱਤਾ, ਸਾਨੂੰ ਹਕਾਨਾ ਪਾਸ਼ ਸਾਹਿਬ ਦੀ ਗੱਲ ਨਹੀਂ ਯਾਦ ਹੈ, ਕੋਈ ਗੱਲ ਨਹੀਂ ਅਸੀਂ ਹਾਰ ਵੀ ਜਾਂਦੇ ਆ, ਅਗਰ ਅਸੀਂ ਗੰਦੇ ਵੀ ਹੁੰਦੇ ਆ ਕੋਈ ਗੱਲ ਨਹੀਂ, ਆਪਣਾ ਮੁਲਕ ਤੇ ਬਚਾ ਲਿਆ ਨਾ, ਕੇਸ ਕਿਵੇਂ ਖਤਮ ਕਰ ਲਿਆ ਮੋਦੀ ਦੱਸੋ, ਇਹਨਾਂ ਇਲੈਕਸ਼ਨ ਕਮਿਸ਼ਨਰ ਆਪਣਾ ਲਾਇਆ ਦੱਸੋ, ਕੋਈ ਨੈਬ ਦਾ ਅਫਸਰ ਬਦਲਿਆ, ਕੋਈ ਪੁਲਿਸ ਵਾਲਾ ਬਦਲਿਆ, ਕੋਈ ਮਹਿਕਮੇ ਦਾ ਇੰਚਾਰਜ ਆਪਣਾ ਲਾਇਆ ਹੋਵੇ ਤਾਂ ਕੇਸਾਂ 'ਚ ਹੈ ਹੀ ਕੱਖ ਨਹੀਂ ਸੀ, ਜਿਹੜੇ ਇੰਚਾਰਜ ਅੱਗੇ ਸਨ ਅੱਜ ਵੀ ਉਹ ਇਹਨਾਂ ਦੀ ਮਿਹਰਬਾਨੀ ਨਾਲ ਕੇਸਾਂ 'ਚ ਹੈ ਹੀ ਕੱਖ ਨਹੀਂ, ਸਿਰਫ ਇੱਕੋ ਬੰਦਾ ਬਦਲਿਆ ਗਿਆ, ਲੰਗੜਾ ਹਾਂ, ਉਹ ਲੰਗੜਾ ਗਿਆ ਤੇ ਇਹਨਾਂ ਦੀ ਮਿਹਰਬਾਨੀ ਦੇ ਨਾਲ ਸਾਰੇ ਮਾਮਲਾ ਠੀਕ ਚੱਲਣ ਲੱਗ ਪਏ, ਸ਼ਫਾ ਮਿਲਦੀ ਨਜ਼ਰ ਨਹੀਂ ਆ ਰਹੀ, ਉਹਨਾਂ ਇਨਸਾਫ ਕਾਰਡ ਫੇਲ ਕਰ ਛੜੇ ਨੇ, ਪੋਲੀਓ ਦੀ ਟੀਮ ਫੇਲ ਕਰ ਛੜੀ, ਉਹ ਗੋਲੀ ਦੇ ਟੁਕੜੇ ਹੋ ਗਏ ਕਿ ਟੁਕੜਾ ਵੱਜਿਆ ਜਨਾਬ, ਪੰਜਾਬ ਵੀ ਤੇ ਹੁਣ ਤੁਹਾਡੀ ਤੇ ਸਾਬ ਨਾਲ ਬੰਦਾ ਲਾ ਰਿਹਾ, ਓਏ ਆਪਣਾ ਬੰਦਾ ਭਾਜ ਕਿੱਥੇ ਲੱਗ ਗਿਆ ਤੇ ਨਿਗਰਾਨ ਸੈਟਅਪ ਹੈ ਨਾ, ਨਿਗਰਾਨ ਸੈਟਅਪ ਇਮਰਾਨ ਖਾਨ ਸਾਹਿਬ ਨਹੀਂ ਕਹਿ ਰਹੇ ਕਿ ਆਪਣਾ ਬੰਦਾ ਰਜੀਮ ਚੇਂਜ ਆਪਰੇਸ਼ਨ ਇਹਨੇ ਕੀਤਾ ਹੈ ਜਿਹੜਾ ਮੋਹਸਨ ਨਕਵੀ, ਬਿਲਕੁਲ ਜੀ ਖਾਨ ਸਾਹਿਬ ਜਿਹੜੇ ਨਾ ਉਹ ਪਹਿਲਾਂ ਕਹਿ ਰਹੇ ਹਾਂ ਜੀ ਮੇਰੇ ਖਿਲਾਫ ਅਮਰੀਕਾ ਨੇ ਸਾਜ਼ਿਸ਼ ਕੀਤੀ, ਫਿਰ ਉਹਨਾਂ ਨੂੰ ਯਾਦ ਆਇਆ ਇਲੈਕਸ਼ਨ ਕਮਿਸ਼ਨ ਨੇ ਸਾਜ਼ਿਸ਼ ਕੀਤੀ, ਨੈਬ ਨੇ ਸਾਜ਼ਿਸ਼ ਕੀਤੀ, ਹੁਣ ਜਨਾਬ ਉਹਨਾਂ ਨੇ, ਹੁਣ ਜਨਰਲ ਬਾਜਵਾ ਨੇ ਕੀਤੀ, ਸਟੈਬਲਿਸ਼ਮੈਂਟ ਨੇ ਕੀਤੀ, ਸ਼ਬਾਸ਼ਰੀ ਨੇ ਕੀਤੀ, ਹੁਣ ਉਹਨਾਂ ਨੂੰ ਯਾਦ ਆ ਗਿਆ ਮੋਹਸਨ ਨਕਵੀ ਨੇ ਕੀਤੀ ਹੈ, ਉਹਨਾਂ ਨੇ ਕੱਲ ਨੂੰ ਇਹ ਵੀ ਕਹਿਣਾ ਮਤਲਬ ਮਲਭੱਟ ਨੇ ਕੀਤੀ ਹੈ, ਕੈਮਰਾਮੈਨ ਨੇ ਕੀਤੀ ਹੈ, ਓਏ ਗਲੀ ਦੇ ਲੰਘਦੇ ਬੰਦੇ ਨੂੰ ਰੋਕ ਰੋਕ ਕਿਉਂ ਨਹੀਂ ਕਹਿਣਾ ਓਏ ਤੂੰ ਤੇ ਸਾਜ਼ਿਸ਼ ਨਹੀਂ ਕੀਤੀ, ਇਹ ਮੋਹਸਨ ਨਕਵੀ ਦਾ ਸਰਦਾਰੀ ਸਾਹਿਬ ਦਾ ਬੱਚਾ ਹੈ, ਉਹ ਭਾਜੀ ਕਹਿਣ ਦੀ ਕਿਹੜੀ ਗੱਲ ਹੈ, ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਹਾਂ ਸਾਡਾ ਤੇ ਕੰਮ ਹੀ ਆ ਰਿਹਾ ਹੈ, ਪਹਿਲਾਂ ਤਰੀਫਾਂ ਤਰੀਫਾਂ ਕਰਨੀਆਂ ਤੇ ਬਾਅਦ ਚੋਂ ਜਨਾਬ ਉਹਦੇ ਉੱਤੇ ਸਾਰੇ ਸਾਰਾ ਫੋਟੋ ਪਾ ਦੇਣਾ, ਤਸਵੀਰਾਂ ਨੇ ਨਾ ਉਹਦੀਆਂ ਜੀ, ਸਰਦਾਰੀ ਸਾਹਿਬ ਨਾਲ ਤਸਵੀਰਾਂ, ਤਸਵੀਰਾਂ ਦੇ ਖਾਨ ਸਾਹਿਬ ਨਾਲ ਵੀ ਆਏ ਨੇ, ਤਸਵੀਰਾਂ ਸ਼ਬਾਸ਼ਰੀ ਨਾਲ ਵੀ ਆਏ ਨੇ, ਤਸਵੀਰਾਂ ਮੇਰੀ ਤਸਵੀਰਾਂ ਤੁਹਾਡੇ ਨਾਲ, ਮੈਂ ਤੁਹਾਡਾ ਬੰਦਾ ਹੋ ਗਿਆ ਵਾਂ, ਤੁਹਾਡੇ ਨਾਲ ਮੇਰੇ 35,000 ਇੰਟਰਵਿਊ ਨੇ, ਤਸਵੀਰਾਂ ਦੀ ਕਿਹੜੀ ਗੱਲ ਹੁੰਦੀ ਹੈ, ਨਾਲੇ ਮੇਰੀ ਗੱਲ ਸੁਣੋ, ਜਿਸ ਤਰ੍ਹਾਂ ਇੱਕ ਪਰਸਨੈਲਿਟੀ ਹੈ ਉਹਦੇ ਨਾਲ ਕੋਈ ਬੰਦਾ ਤਸਵੀਰ ਖਿਚਵਾ ਸਕਦਾ ਹੈ, ਉਹ ਤਾਂ ਬੰਦੇ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿਹੜਾ ਕਿਹੜਾ ਤਸਵੀਰ ਖਿਚਵਾ ਗਿਆ, ਨਹੀਂ ਖਾਨ ਸਾਹਿਬ ਨੂੰ ਇਹ ਤਾਂ ਤੁਸੀਂ ਸੱਚ ਕਹਿਣਾ ਚਾਹੋਗੇ ਨਾ, ਦੇਖੋ ਉਹਨਾਂ ਨੂੰ ਵਜ਼ੀਰ ਆਲਾ ਅੱਛਾ ਨਹੀਂ ਮਿਲਿਆ, ਨਹੀਂ ਨਹੀਂ ਖਾਨ ਸਾਹਿਬ ਨੂੰ ਨਹੀਂ ਅੱਛਾ ਮਿਲਿਆ ਜੀ, ਮੈਂ ਇਹ ਗੱਲ ਮੰਨਦਾ ਵਾਂ, ਹਾਂ ਸਾਹਿਬ ਦੱਸਦੇ ਹੋ ਬਹੁਤ ਅੱਛੇ ਇਨਸਾਨ ਸਨ ਜਨਾਬ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਕੌਮ ਹੀ ਅੱਛੀ ਨਹੀਂ ਮਿਲੀ, ਉਹਨਾਂ ਨੂੰ ਐਮਐਨਏ ਅੱਛੇ ਨਹੀਂ ਮਿਲੇ, ਉਹਨਾਂ ਨੂੰ ਐਮਪੀ ਅੱਛੇ ਨਹੀਂ ਮਿਲੇ, ਉਹਨਾਂ ਨੂੰ ਸਟੈਬਲਿਸ਼ਮੈਂਟ ਅੱਛੀ ਨਹੀਂ ਮਿਲੀ, ਉਹਨਾਂ ਨੂੰ ਅਦਲੀਆ ਅੱਛੀ ਨਹੀਂ ਮਿਲੀ, ਉਹਨਾਂ ਨੂੰ ਅਦਾਰੇ ਅੱਛੇ ਨਹੀਂ ਮਿਲੇ, ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਅੱਛਾ ਨਹੀਂ ਮਿਲਿਆ, ਹਾਂ ਸਾਹਿਬ ਤੋਂ ਜਨਾਬ ਬਾਫਰਿਸ਼ ਤਾਸੀਫਦੀਨ ਇਨਸਾਨ ਸਨ, ਅੱਲਾ ਦੇ ਵਲੀ ਆਦਮੀ ਸਨ, ਉਹਨਾਂ ਨੂੰ ਕੋਈ ਸ਼ੈ ਨਹੀਂ ਅੱਛੀ ਮਿਲੀ, ਵਜ਼ੀਰ ਅੱਲਾ ਵੀ ਅੱਛਾ ਨਹੀਂ, ਵਜ਼ੀਰ ਅੱਲਾ ਦੇ ਭਾਈ ਬਿਲਕੁਲ ਹੀ ਬੇਕਾਰ ਮਿਲਿਆ ਨਾ, ਪਹਿਲਾਂ ਵੀ ਤੇ ਬਾਅਦ ਚੋਂ ਵੀ, ਠੀਕ, ਤੁਹਾਨੂੰ ਲੱਗਦਾ ਇਸ ਸੈਟਅਪ ਦੇ ਅੰਦਰ ਖਾਨ ਸਾਹਿਬ ਜਿੱਤ ਲੈਣਗੇ ਜਾਂ ਪਹਿਲੇ ਇਲਜ਼ਾਮ ਲਗਾਉਣਾ ਸ਼ੁਰੂ ਕਰ ਲਿਆ, ਕਿਹੜੇ ਸੈਟਅਪ ਹੈ ਜਿਹੜਾ ਪੰਜਾਬ ਦਾ ਜਾਂ ਉੱਤੇ ਸੈਟਅਪ ਆਏਗਾ, ਆ ਜਿਹੜਾ ਇਲੈਕਸ਼ਨ ਹੋਏਗਾ ਹੁਣ, ਹਾਂਜੀ ਸਰ ਦੇਖੋ ਖਾਨ ਸਾਹਿਬ ਦੀ ਕਾਰਗਰਦਗੀ ਤੁਹਾਡੇ ਸਾਹਮਣੇ ਵੇ, ਜੋ ਇਹ ਕਰਕੇ ਗਏ ਨੇ, ਜੋ ਮੁਲਕ ਦੇ ਹਾਲਾਤ ਆ ਕਰਕੇ ਗਏ ਨੇ ਤੁਹਾਡੇ ਸਾਹਮਣੇ ਨੇ, ਇਹਨਾਂ ਦੇ ਆ ਕੇ ਮਹਿੰਗਾਈ ਕੀਤੀ ਹੈ ਨਾ, ਉਹ ਸਰ ਮੁਲਕ ਨੂੰ ਤਾਂ ਡਿਫਾਲਟ ਕਰਦੇ ਲੱਗੇ ਸਨ ਇਹ, ਇਹਨਾਂ ਨੇ ਤਾਂ ਆ ਕੇ ਸੰਭਾਲੇ ਆਪਣੇ ਪੈਰ ਸਾੜ ਲੈਣੇ, ਆਪਣੇ ਪੈਰ ਸਾੜ ਲੈਣੇ ਜਨਾਬ, ਖੁਦ ਗੰਦੇ ਹੁੰਦੇ ਨੇ, ਸਿਰਫ ਮੁਲਕ ਡਿਫਾਲਟ ਨਹੀਂ ਹੋਣ ਦਿੱਤਾ, ਤੁਹਾਨੂੰ ਹਕਾਨ ਪਾਸ਼ਾ ਸਾਹਿਬ ਦੀ ਗੱਲ ਨਹੀਂ ਯਾਦ ਹੈ ਕਿ ਕੋਈ ਗੱਲ ਨਹੀਂ ਅਸੀਂ ਹਾਰ ਵੀ ਜਾਂਦੇ ਹਾਂ, ਅਗਰ ਅਸੀਂ ਗੰਦੇ ਵੀ ਹੁੰਦੇ ਹਾਂ ਕੋਈ ਗੱਲ ਨਹੀਂ, ਆਪਣਾ ਮੁਲਕ ਤਾਂ ਬਚਾ ਲਿਆ ਨਾ, ਸਿਆਸਤ ਹਰ ਚੀਜ਼ ਨਹੀਂ ਹੁੰਦੀ, ਮੁਲਕ ਹੈ ਵੇ ਤੇ ਮੈਂ ਵੀ ਹਾਂ, ਤੁਸੀਂ ਵੀ ਹੋ, ਹਰ ਚੀਜ਼ ਹੈ, ਪਾਕਿਸਤਾਨ ਜ਼ਿੰਦਾਬਾਦ, ਤੁਹਾਨੂੰ ਲੱਗਦਾ ਹੁਣ ਮੁਲਕ ਬਚ ਜਾਏਗਾ ਜਾਂ ਮੁਲਕ ਬਚ ਗਿਆ ਹੈ, ਮੁਲਕ ਬਚ ਗਿਆ ਹੈ, ਮਹਿੰਗਾਈ ਬਹੁਤ ਜ਼ਿਆਦਾ ਹੈ ਕੋਈ ਸ਼ੱਕ ਨਹੀਂ, ਇੱਕ ਆਮ ਆਦਮੀ ਦੀ ਜ਼ਿੰਦਗੀ 'ਚ ਬਹੁਤ ਫਰਕ ਪਿਆ, ਮੈਂ ਆਪਣੀ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਫਰਕ ਪਿਆ, ਬਹੁਤ ਮੁਸ਼ਕਿਲ ਹਾਲਾਤ ਹੋ ਗਏ ਨੇ, ਬਹੁਤ ਟਫ ਹਾਲਾਤ ਹੋ ਗਏ ਨੇ, ਲੇਕਿਨ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਸਾਨੂੰ ਆਪਣੇ ਕਾਇਦ ਮੀਆਂ ਮੁਹੰਮਦ ਨਵਾਜ਼ ਸ਼ਰੀਫ ਤੇ ਪੂਰਾ ਯਕੀਨ ਹੈ, ਇਨਸ਼ਾਅੱਲਾ ਤਾਲਾ ਆਣਗੇ ਤੇ ਮੁਲਕ ਜਿਹੜਾ ਹੈ ਉਹ ਬਿਹਤਰੀ ਤਰਫ ਜਾਏਗਾ, ਪਾਕਿਸਤਾਨ ਤਰੱਕੀ ਕਰੇਗਾ ਇਨਸ਼ਾਅੱਲਾ ਤਾਲਾ, ਗਰੀਬ ਆਵਾਮ ਦੀ, ਲੇਕਿਨ ਇਹ ਤੇ ਸਿਰਫ ਮਹਿੰਗਾਈ ਖਤਮ ਕਰਨ ਦੇ ਬਜਾਏ ਆਪਣੇ ਕੇਸ ਹੀ ਖਤਮ ਕਰ ਦਿੰਦੇ ਸਰ, ਤੁਹਾਨੂੰ ਲੱਗਦਾ ਨਾ, ਤੁਹਾਨੂੰ ਲੱਗਦਾ ਕੇਸ ਖਤਮ ਕਰਦੇ ਨੇ, ਕੇਸ ਕਿਵੇਂ ਖਤਮ ਕਰ ਲਿਆ ਮੋਦੀ ਦੱਸੋ, ਇਹਨਾਂ ਇਲੈਕਸ਼ਨ ਕਮਿਸ਼ਨਰ ਆਪਣਾ ਲਾਇਆ ਦੱਸੋ ਮੈਨੂੰ, ਕੋਈ ਨੈਬ ਦਾ ਅਫਸਰ ਬਦਲਿਆ, ਕੋਈ ਪੁਲਿਸ ਵਾਲਾ ਬਦਲਿਆ, ਕੋਈ ਮਹਿਕਮੇ ਦਾ ਇੰਚਾਰਜ ਆਪਣਾ ਲਾਇਆ ਹੋਵੇ ਤਾਂ ਕੇਸਾਂ 'ਚ ਹੈ ਹੀ ਕੱਖ ਨਹੀਂ ਸੀ, ਜਿਹੜੇ ਇੰਚਾਰਜ ਅੱਗੇ ਸਨ ਅੱਜ ਵੀ ਉਹ ਹੀ ਨੇ, ਅੱਲਾ ਦੀ ਮਿਹਰਬਾਨੀ ਨਾਲ ਕੇਸਾਂ 'ਚ
सारा कुछ नवाज शरीफ भी कर रहे हैं, इन्हों के असाब से नवाज शरीफ उदों भी सवार से और इन्हों के असाब से नवाज शरीफ अल्लाह की मेहरबानी अज भी सवार है। अच्छा कितों तक इलेक्शन होंगे देख रहे हो? ये अल्लाह की जात को पता है जी। टाइम पूरा करना चाहिए हुकूमत को? सर टाइम बिल्कुल पूरा करना चाहिए, हुकूमत ने अपना टाइम पूरा करना चाहिए और इलेक्शन जो जनरल इलेक्शन अपनी मुद्दत होने चाहिए। ठीक हो गया, चलो आखिर तक खान साहब वास्ते दुआ कर दो, शिफा दे। देखो जी मैनू शिफा मिलती नज़र नहीं आ रही, उन्हें इंसाफ कार्ड फेल कर छड़े ने, पोलियो की टीम फेल कर छड़ी है और गोली के टुकड़े हो गए, एक टुकड़ा वजा जनाब। वैसे हाँ इस उम्रे आराम आता भी नहीं माशाल्लाह, खान साहब की 95 साल की उम्र है, इस अपना उम्र के ना आराम इन्नी जल्दी नहीं आता, लत्तां इन्नी जल्दी नहीं जुड़ दियाँ। मैं उन्होंने तकलीफ समझना वा, अल्लाह पाक जनाब उन्होंने सेहत तंदुरुस्ती देवे। फाज चौधरी साहब वास्ते दुआ कर दो, अल्लाह का नेक वली है। मैं तो आप को दुआ भाजी पूरा जेलम डोल रहा, जेलम का पावा सी पूरा जेलम डोल रहा इस टाइम, अभी जनाब ऐसे दुआ गूँगा अल्लाह ताला जनाब वो हाल से रहम करे। बाकी भी पार्टी से इंतकामी कार्रवाई ना होने, क्योंकि उन्होंने कभी इंतकामी कार्रवाई नहीं नहीं भाई, इंतकाम तो अल्लाह ने समझता सी, एडा शरीफ आदमी, शरीफ नफ्स इंसान। खान साहब ने कभी इंतकामी कार्रवाई नहीं? नहीं भाई नहीं, ये तो अल्लाह के नेक बंदे हैं, फरिश्ते सन। सीधे टली नू भी फड़ो, भी बड़े बोलता है दारा के खिलाफ बहुत, वो भी।